ਲਓ ਜੀ, ਵੈਸੇ ਅੱਗੇ ਧੁੱਪ ਨਿਕਲੀ ਹੋਈ ਸੀਗੀ, ਹੁਣ ਕਿਤੇ ਬੱਦਲ ਆ ਜਾਂਦਾ ਵਾ ਕਿਤੇ ਧੁੱਪ ਆ, ਗਰਮੀ ਨਹੀਂ ਹੈਗੀ ਜਿੱਦਾਂ ਦੀ ਹੋਣੀ ਚਾਹੀਦੀ ਆ ਜੀ। ਰਹਿਮਾਨ ਰਹੀਮ, ਅਸਲਾਮ ਵਾਲੇਕਮ, ਵਾਹ ਵੈਲਕਮ ਜੀ, ਨਈ ਵੀਡੀਓ ਨਾਲ ਹਾਜ਼ਰ ਹਾਂ। ਅੱਜ ਅਸੀਂ ਇਨਸ਼ਾਅੱਲਾ ਤੁਹਾਨੂੰ ਪਿੰਡਾਂ ਦੀ ਗੈਦਰਿੰਗ ਦਿਖਾਉਣੀ ਆ ਵੀ ਪਿੰਡਾਂ ਦੇ ਵਿੱਚ ਮੇਲਾ ਟੈਪ ਜਾਂ ਖਤਮ ਕਿੱਦਾਂ ਦਵਾਏ ਜਾਂਦੇ ਆ ਅਤੇ ਗੈਦਰਿੰਗ ਕਿੱਦਾਂ ਇਕੱਠੀ ਹੁੰਦੀ ਆ, ਉਹ ਮੈਂ ਤੁਹਾਨੂੰ ਦਿਖਾਉਣੀ ਚਾਹ ਰਿਹਾ। ਆਓ ਜੀ, ਨਾਲੇ ਤੁਹਾਨੂੰ ਦਿਖਾਉਂਦੇ ਹਾਂ, ਨਾਲੇ ਨਾਲ ਦੀ ਨਾਲ ਮਾਲੂਮਾਤ ਦਿੰਦੇ ਹਾਂ। ਲਓ ਜੀ, ਵੈਸੇ ਅੱਗੇ ਧੁੱਪ ਨਿਕਲੀ ਹੋਈ ਸੀਗੀ, ਹੁਣ ਕਿਤੇ ਬੱਦਲ ਆ ਜਾਂਦਾ ਵਾ ਕਿਤੇ ਧੁੱਪ ਆ, ਗਰਮੀ ਨਹੀਂ ਹੈਗੀ ਜਿੱਦਾਂ ਦੀ ਹੋਣੀ ਚਾਹੀਦੀ ਆ। ਅੱਜ ਤੁਹਾਨੂੰ ਗੈਦਰਿੰਗ ਦਿਖਾਉਣੀ ਆ ਜੇ ਹੋਈ, ਕਿਉਂਕਿ ਆਵਾਮ ਸਾਡੀ ਬੜੀ ਖਾਲੀ ਆ, ਮੈਨੂੰ ਲੱਗਦਾ ਗੈਦਰਿੰਗ ਹੋਣ ਹੀ ਨਹੀਂ ਦਿੱਤੀ ਉਹਨਾਂ ਨੇ, ਪਹਿਲਾਂ ਹੀ ਨਿਜ਼ਾਮ ਖਤਮ ਹੋ ਜਾਣਾ ਸਾਡੇ ਜਾਣ ਤੋਂ। ਬਹਰਹਾਲ ਅਸੀਂ ਜਾ ਰਹੇ ਹਾਂ ਆਹਿਸਤਾ ਆਹਿਸਤਾ, ਮੌਸਮ ਬੜਾ ਪਿਆਰਾ, ਦੇਖੋ ਜੀ ਕਿੰਨਾ ਹਰਾ ਭਰਾ ਹਿਸਾਬ ਕਿਤਾਬ ਆਲ ਦੁਆਲੇ, ਇਹ ਸਾਰਾ ਬਾਰਿਸ਼ਾਂ ਦਾ ਕਮਾਲ ਆ। ਲਓ ਤੁਹਾਨੂੰ ਨਾਲੇ ਗੈਦਰਿੰਗ ਦਿਖਾਉਂਦੇ ਹਾਂ ਅਤੇ ਨਾਲੇ ਸ਼ੁਕਲ ਮੇਲਾ ਵਿਖਾਉਂਦੇ ਹਾਂ। ਇੱਥੋਂ ਮੋੜ ਜਾਓ ਜੀ, ਮੇਰਾ ਜਿਹੜਾ ਕੰਮ ਉਹ ਵੀ ਤਾਂ ਮੈਂ ਕਰਨਾ ਕਿ ਹਾਂਜੀ ਹਾਂਜੀ ਚੈੱਕ ਕਰੋ ਜੀ ਬੂਟੇ ਦੀ। ਹਾਂ।